ਵਾਰਾਨਸੀ ਵਿੱਚ G20 ਸਬਾਚਾਰ ਖਰਜਕਾਰੀ ਗਰੁੱਪ ਦੀ ਮੀਟਿੰਗ ਨੂੰ ਵੀਡੀਓ ਕਾਨਫਰencing ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਵਾਰਾਨਸੀ ਵਿੱਚ ਮਿਲ ਰਹੇ ਹਾਂ ਜਿਹੜਾ ਮੇਰਾ ਸੰਸਦੀ ਖੇਤਰ ਹੈ ਉਹਨਾਂ ਕਿਹਾ ਕਿ ਕਾਸ਼ੀ ਨਾ ਸਿਰਫ ਦੁਨੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਸਗੋ ਸਾਰਨਾਥ ਵਿੱਚ ਇੱਥੋਂ ਦੂਰ ਨਹੀਂ ਹੈ ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਉਹਨਾਂ ਕਿਹਾ ਕਿ ਅਸਲ ਵਿੱਚ ਇਹ ਭਾਰਤ ਦੀ ਅਧਿਆਤਮਿਕ ਅਤੇ ਸਭਿਆਚਾਰਕ ਰਾਜਧਾਨੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭਿਆਚਾਰਾਂ ਵਿੱਚ ਇਕਜੁੱਟ ਹੋਣ ਦੀ ਅੰਦਰੂਨੀ ਯੋਗਤਾ ਹੁੰਦੀ ਹੈ। ਉਹਨਾਂ ਕਿਹਾ ਕਿ ਵੱਖ-ਵੱਖ ਵਿਛਕਣਾ ਅਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੀ ਯੋਗਤਾ ਸਾਨੂੰ ਸਭਿਆਚਾਰਾਂ 'ਈ ਆਉਂਦੀ ਹੈ। ਭਾਰਤ ਨੇ ਵਿਭਿੰਨਤਾ ਵਾਲੇ ਸਭਿਆਚਾਰ ਤੇ ਮਾਣ ਕਰਦੇ ਹੋਣਾ ਕਿ ਸਾਡੇ ਦੇਸ਼ ਵਿੱਚ ਅਟੁੱਟ ਸਭਿਆਚਾਰਕ ਵਿਰਾਸਤ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕੁਦਰਤੀ ਵਿਰਾਸਤ ਸਿਰਫ ਉਹ ਨਹੀਂ ਹੈ ਜਿਹੜੀ ਪੱਥਰਾਂ ਤੇ ਉਤੇ ਉਕੇੜੀ ਹੋਈ ਹੈ। ਇਹ ਸਾਡੀਆਂ ਪਰੰਪਰਾਵਾਂ 'ਵਾਂ ਰਿਵਾਜਾਂ ਅਤੇ ਤਿਉਹਾਰਾਂ ਨਾਲ ਜੁੜੀ ਹੋਈ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਭਿਆਚਾਰ ਦੇ ਵਿਕਾਸ ਲਈ ਸੂਚਨਾ ਟੈਕਨੋਲੋਜੀ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾ ਰਹੀ ਹੈ ਵੀ ਇਨ ਇੰਡੀਆ ਆਰ ਵੈਰੀ ਪ੍ਰਾਊਡ ਆਫ आवर ਇਟਰਨਲ ਐਂਡ ਡਾਈਵਰਸ ਕਲਚਰ ਵੀ ਆਲਸੋ ਅਟੈਚ ਗ੍ਰੇਟ ਵੈਲਿਊ ਟੂ आवर ਇਨਟੈਂਜੀਬਲ ਕਲਚਰਲ ਹੈਰੀਟੇਜ We have been working hard to preserve and revitalize our heritage sites.